तारा जी हाँ जी ऐ वो लोग ने जिंदा कोई कारोबार नहीं हुंदा हाँ जी लेकिन किसी के हाथ भी नहीं फैलांदे हाँ बिल्कुल और ए ऐसे गंदे ढेरां चो कूड़े विचो अपने मतलब की चीज कट के हालांकि जो कूड़ा हुंदा वा ये हुंदा जो बेकार हो गया हुंदा लेकिन उस कूड़े विचों में एक गत्ता कागज मुख्तलिफ चीजें जड़ियां ने अपना रिज़क तलाश कर दे नवाज साहब हां जी हां जी इधर आओ मेरा वीर इत्थे आओ इत्थे आओ की नाम है अपना गुलाम बास मेरा भी डरना नहीं गा अजे तुहाडे भैण भरा ठीक है ना अच्छा कितने के पैसे रोज बच जाते दिल बहुत करता अच्छा गल के रिज़्क़े हलाल कमाते ने मेहनत करके ਉਹ ਪਰਵਾਹ ਨਹੀਂ ਕਰਦੇ ਕਿਸੇ ਚੀਜ਼ ਦੀ ਅੱਛਾ ਮੇਰੀ ਭੈਣ ਕਿੰਨੀ ਉਮਰ ਹੈ ਤੇਰੀ ਪਤਾ ਨਹੀਂ ਬਾਜੀ ਫੇਰ ਵੀ ਅੰਦਾਜ਼ਨ ਲੱਗੀ ਆ ਕੋਈ 30 ਸਾਲ 20 ਸਾਲ ਹੋਏਗੀ 30 ਸਾਲ ਹੋਏਗੀ ਤਾਂ ਇਹਨਾਂ ਨਹੀਂ ਅੰਦਾਜ਼ਾ ਕਿਉਂਕਿ ਸ਼ੌਰ ਹੈ ਨਹੀਂਗਾ ਅੱਛਾ ਗੁਰਬਤ ਨੇ ਤੇ ਰੱਬ ਮਾਰ ਗੰਮੇ ਮਾਰ ਗਏ ਜਿਹਨਾਂ ਦਾ ਉਮਰ ਅੱਛਾ ਤੇ ਕਿੰਨੇ ਬੱਚੇ ਦੱਸੇ ਨੇ 6 30 ਸਾਲ ਦੀ ਉਮਰ ਦੇ ਵਿੱਚ 6 ਬੱਚੇ ਤੈਨੂੰ ਅੱਲਾ ਪਾਕ ਨੇ ਦਿੱਤੇ ਨੇ ਤੇ ਕਦੀ ਸੋਚਿਆ ਨਹੀਂ ਕਿ ਜਿਹੜੇ ਬੱਚੇ ਪੈਦਾ ਤੁਸੀਂ ਕਰ ਰਹੇ ਜੇ ਉਹਨਾਂ ਵਾਸਤੇ ਕੋਈ ਤੁਹਾਡੇ ਕੋਲ ਵਸਾਇਲ ਵੀ ਹੈ ਕਿ ਨਹੀਂ ਹੈ ਪਾਲਣ ਵਾਸਤੇ ਤੇ ਫਿਰ ਕਿਉਂ ਇਹਨੇ ਪੈਦਾ ਕਰਦੇ ਜੇ ਬੱਚੇ ਹੈ ਨਹੀਂ ਅੱਲਾ ਪਾਕ ਨੇ ਸ਼ੌਰ ਵੀ ਦਿੱਤਾ ਹੈ ਅੱਲਾ ਪਾਕ ਨੇ ਕਿਹਾ ਹੈ ਕਿ ਆਪਣੇ ਵਸਾਇਲ ਦੇ ਕੇ ਬੱਚੇ ਪੈਦਾ ਕਰੋ ਠੀਕ ਹੈ ਲਿਆ ਬਈ ਰਾਸ਼ਨ राशन हर चीज है बच्चे बिस्कुट भी है जामे शीरी भी है चावल भी है चीनी भी है दाला भी है ठीक है घ्यो ये सब कुछ अल्लाह पाक ने तुहाडे वास्ते भेजिया हां जी जी सर इधर आओ मेरे भैन ਬੱਚਿਆਂ ਵਾਸਤੇ ਆਏ ਨੇ ਹਾਂਜੀ ਇਹਨਾਂ ਨੂੰ ਇਹਦੇ ਕੱਪੜੇ ਬਣਾ ਕੇ ਦੇਣੇ ਆ ਠੀਕ ਹੈ ਦੋ ਬੱਚੇ ਕਿੱਥੇ ਆ ਇਹ ਬੱਚਿਆਂ ਵਾਸਤੇ ਆ ਇਹ ਬੱਚਿਆਂ ਦੇ ਕੱਪੜੇ ਬਣਾਉਣੇ ਨੇ ਠੀਕ ਹੈ ਆ ਲਓ ਆ ਲਓ ਉਹਦਾ ਬਾਹਰ ਆਪਾਂ ਕਦੇ ਬੰਦੇ ਕਰਾਂਗੇ ਕੀ ਆ ਕਿਹਾ ਆ ਜ਼ਿੰਦਗੀ ਕਰਾ ਕੇ ਪਾ ਅੱਛਾ ਅੱਜ ਖੁਸ਼ ਹੋਏ ਕੁਛ ਹੈ ਕਿੰਨੀ ਖੁਸ਼ੀ ਹੋਈ ਹੈ ਬੜੀ ਬੜੀ ਹੋਈ ਆ ਰੋਜ਼ਾ ਸੇ लेकिन हाँ। मेरी भैन है जरा मेरी गल ते गौर करना अच्छा हाँ ਤੁਹਾਡਾ ਦਿਲ ਕਰਦਾ ਹੈ ਕਿ ਤੁਸੀਂ ਇਹਨਾਂ ਬੱਚਿਆਂ ਨੂੰ ਆਪਣੇ ਨੂੰ ਪੜ੍ਹਾਓ ਔਰ ਮੁਆਸ਼ਰੇ ਚ ਕੋਈ ਅੱਛਾ ਮੁਕਾਮ ਮਿਲੇ ਇਹਨਾਂ ਬੱਚਿਆਂ ਨੂੰ ਜੋ ਤੁਸੀਂ ਕੰਮ ਕਰ ਰਹੇ ਜੇ ਉਹ ਉਹੀ ਕੰਮ ਇਹ ਬੱਚੇ ਵੀ ਕਰਨਗੇ ਅਸੀਂ ਇਹ ਦਵਾਜੀ ਕਹਿੰਦੇ ਵੀ ਸਾਡੀ ਜ਼ਿੰਦਗੀ ਜਿਹੜੀ ਗੁਜ਼ਰ ਗਈ ਤੇ ਫਿਰ रूड़ियां ਜੇ ਅਸੀਂ ਨਾ ਕਰੀਏ ਤੇ ਸਾਡੇ ਨਾਲ ਇਹ ਮਸੂਮ ਬੱਚਾ ਵਾ
रोटी मुश्किल हुई है मेरी भैन है ना, हो ना रोटी मुश्किल अल्लाह पाक आसानी फरमाए।